ਫਿਲਮ ਫੇਅਰ ਅਵਾਰਡਸ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਫਿਲਮ ਫੇਅਰ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਇਸ ਅਵਾਰਡ ਫੰਕਸ਼ਨ ਦੇ ਵਿੱਚ ਕਸ਼ਮੀਰ ਫਾਈਲਸ ਨੂੰ ਕਿਸੇ ਵੀ ਸ਼੍ਰੇਣੀ ਦੇ ਵਿੱਚ ਅਵਾਰਡ ਨਹੀਂ ਮਿਲਿਆ ਜਿਸ ਤੋਂ ਬਾਅਦ ਅਨੁਪਮ ਖੇਰ ਕਾਫੀ ਦੁਖੀ ਦਿਖਾਈ ਦਿੱਤੇ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਨੋਟ ਸ਼ੇਅਰ ਕੀਤਾ ਗਿਆ ਹਾਲਾਂਕਿ ਇਸ ਫਿਲਮ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਇੱਕ ਵੀ ਅਵਾਰਡ ਇਹ ਫਿਲਮ ਜੋ ਹੈ ਨਹੀਂ ਜਿੱਤ ਸਕੀ ਅਨੁਪਮ ਖੇਰ ਨੂੰ ਇਸ ਫਿਲਮ ਦੇ ਲਈ ਸਰਵੋਤਮ ਅਦਾਕਾਰ ਦੀ ਮੁੱਖ ਭੂਮਿਕਾ ਦੇ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਰਾਜਕੁਮਾਰ ਰਾਓ ਨੂੰ ਬਧਾਈ ਹੋ ਦੇ ਲਈ ਜਿਸ ਤੋਂ ਬਾਅਦ ਅ ਹੋ ਜਾਂਦੇ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ અનુਪਮ ਖੇਰ ਨੇ ਲਿਖਿਆ ਕਿ ਇੱਜ਼ਤ ਇੱਕ ਮਹਿੰਗਾ ਤੋਹਫ਼ਾ ਸਸਤੇ ਲੋਕਾਂ ਤੋਂ ਇਸ ਦੀ ਉਮੀਦ ਕਦੇ ਵੀ ਨਾ ਰੱਖੋ ਇਸ ਪੋਸਟ ਦੇ ਨਾਲ ਉਹਨਾਂ ਨੇ ਹੈਸ਼ਟੈਗ ਕਸ਼ਮੀਰ ਫਾਈਲਜ਼ ਵੀ ਲਿਖਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਵੇਕ ਅਗਨੀ ਹੋਤਰੀ ਦੇ ਵੱਲੋਂ ਵੀ ਬੀਤੇ ਦਿਨੀ ਫਿਲਮ ਫੇਅਰ ਅਵਾਰਡਸ ਦਾ ਬਾਈਕਾਟ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਨਿਮਰਤਾ ਦੇ ਨਾਲ ਇਸ ਫਿਲਮ ਫੇਅਰ ਅਵਾਰਡ ਦਾ ਬਾਈਕਾਟ ਕਰਦਾ ਕਿਉਂਕਿ ਇਹ ਅਨੈਤਿਕ ਅਤੇ ਸਿਨੇਮਾ ਵਿਰੋਧੀ ਨੇ